ਗੱਲ ਇਹ ਆ ਕਿ ਬਰਸਾਤੀ ਡੱਡੂ ਆਪਾਂ ਕਿਹਨੂੰ ਕਹਿੰਦੇ ਹਾਂ, ਜਿਹੜੀਆਂ ਪੁਰਾਣਿਆਂ ਬੰਦਿਆਂ ਦੀਆਂ ਘਾਰਤਾਂ ਬਣੀਆਂ ਨੇ ਉਹ ਇਸ ਕਰਕੇ ਬਣੀਆਂ ਨੇ ਕਿ ਬਰਸਾਤੀ ਡੱਡੂ, ਬਰਸਾਤੀ ਡੱਡੂ ਜਦੋਂ ਬਾਰਿਸ਼ ਬੁਰਸ਼ ਆਉਂਦੀ ਹੈ ਉਦੋਂ ਤੁਸੀਂ ਵੇਹਨੇ ਕਿ ਆਸਾ ਪਾਸਾ ਬਦਲ ਜਾਂਦੇ। ਆਪਾਂ ਤਾਂ ਯਾਰ ਹਰੀ ਕੇ ਆਪਾਂ ਵੇਖਿਆ ਕਿ ਕਿੰਨੇ ਜੰਗਲੀ ਜੀਵ ਨੇ ਔਰ ਕਿੰਨੇ ਜਿਹੜੇ ਪੰਛੀ ਨੇ ਜਿਹੜੇ ਵੇਖੋ ਕਿ ਉਹ ਇੱਧਰ ਆ ਜਾਂਦੇ ਨੇ ਔਰ ਉਸ ਤੋਂ ਬਾਅਦ ਮੌਸਮ ਬਦਲਦਾ ਉੱਧਰ ਚਲੇ ਜਾਂਦੇ ਨੇ। ਇਹ ਮੌਸਮੀ ਜਿਹੜੇ ਨੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ। ਜਿੰਨਾ ਚਿਰ ਕਾਂਗਰਸ ਦਾ ਵਰਕਰ ਤਕੜਾ ਉਹਨਾਂ ਚਿਰ ਕਾਂਗਰਸ ਪਾਰਟੀ ਨੂੰ ਕੋਈ ਹਰਾ ਨਹੀਂ ਸਕਦਾ। ਗੱਲ ਇਹ ਆ ਕਿ ਹਰ ਇੱਕ ਲੀਡਰ ਆਪੋ ਆਪਣੇ ਕੰਮ ਦੇ ਵਿੱਚ ਤਕੜਾ ਹੁੰਦਾ, ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਮੈਂ ਭਾਈ ਸਾਹਿਬ ਦਾ ਸਤਿਕਾਰ ਕਰਦਾ, ਮੇਰੇ ਸਤਿਕਾਰਯੋਗ ਨੇ, ਮੈਂ ਤਾਂ ਇਹ ਬੇਨਤੀ ਕਰਦਾ ਭਾਈ ਸਾਹਿਬ ਨੂੰ ਵੀ ਕਿ ਭਾਈ ਸਾਹਿਬ ਜੇ ਫੈਸਲਾ ਲਿਆ ਫਿਰ ਇਹ ਫੈਸਲਾ ਜ਼ਰੂਰ ਤੁਸੀਂ ਲਓ ਕਿ ਯਾਰ ਉਹ ਸਾਡਾ ਭਰਾ ਹੈ, ਲੌੜੀਆ ਭਰਾ ਹੈ, ਬਾਜੇ ਕੇ ਪ੍ਰਧਾਨ ਮੰਤਰੀ, ਉਹ ਬਿੱਟੂ ਦੇ ਮੁਕਾਬਲੇ ਉਹਨੂੰ ਵੀ ਇਲੈਕਸ਼ਨ ਲੜਾਓ। ਜਿਹੜੇ ਬਾਕੀ ਸਿੰਘ ਨੇ, ਚਲੋ ਮੈਂ ਕਹਿੰਦਾ ਕਿ ਭਾਈ ਅੰਮ੍ਰਿਤਪਾਲ ਜੀ ਜੇ ਕਾਮਯਾਬ ਹੋ ਜਾਂਦੇ ਤੇ ਕੱਲਾ ਮਸਲਾ ਉਹਨਾਂ ਦਾ ਹੱਲ ਹੋਣਾ, ਕੱਲਾ ਉਹਨਾਂ ਦਾ ਮਸਲਾ ਹੱਲ ਹੋਣਾ, ਬਾਕੀ ਘਰੇ ਕੀ ਕਰਨਗੇ। ਇਸ ਕਰਕੇ ਉਹਨਾਂ ਨੂੰ ਵੀ 13 ਦੀਆਂ 13 ਸੀਟਾਂ ਦੇ ਜਿਹੜਾ ਲੜਾਇਆ ਜਾਵੇ ਔਰ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਪਤਾ ਲੱਗੇ ਕਿ ਠੀਕ ਆ ਬਾਈ ਕਿ ਜਿਹੜਾ ਧੱਕਾ ਕੀਤਾ ਸੀਗਾ ਅੱਜ ਉਹ ਜਿਹੜੇ ਨੌਜਵਾਨ ਉਹ ਖੜੇ ਆ। ਔਰ ਮੈਂ ਗੱਲ ਕਹਿੰਦਾ ਪਿੱਛੇ ਜੇ ਸਾਡੀ ਮਾਤਾ ਦੇ ਉੱਤੇ ਜੋ ਭਾਈ ਅੰਮ੍ਰਿਤਪਾਲ ਜੀ ਦੀ ਮਾਤਾ ਦੇ ਉੱਤੇ ਜੋ ਪੁਲਿਸ ਨੇ ਜੋ ਭਗਵੰਤ ਮਾਨ ਦੀ ਸਰਕਾਰ ਨੇ ਜੋ ਤਸ਼ੱਦਦ ਕੀਤਾ ਉਹ 5 ਦਿਨ ਜਿਹੜਾ ਉਹਨਾਂ ਨੇ ਉਹ ਮਾੜਾ ਸਮਾਂ ਵੇਖਿਆ। ਮੈਂ ਗੱਲ ਕਹਿੰਦਾ ਕਿ ਕਿਸੇ 'ਤੇ ਵੀ ਭੀੜ ਪੈ ਸਕਦੀ, ਅੱਜ ਪੰਜਾਬ ਦੇ ਜਿਹੜੇ ਲੋਕ ਨੇ ਅੱਜ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਿਹੜੀ ਪਾਰਟੀ ਦਾ ਲੀਡਰ, ਕਿਹੜੀ ਪਾਰਟੀ ਦਾ ਬੰਦਾ ਕਿਹੜਾ ਕਿੱਥੇ ਪਹੁੰਚ ਚੁੱਕਿਆ। ਅੱਜ ਅੱਗੇ ਗੱਲ ਕੀਤੀ ਹੈ, ਕਹਿੰਦੇ ਜੀ ਪੰਥਕ ਸੀਟ ਆ, ਮੈਂ ਕਿਹਾ ਜੇ ਪਾਰਟੀ ਨੇ ਫੈਸਲਾ ਲਿਆ ਉਹਨਾਂ ਨੇ ਪਿਛੋਕੜ ਵੇਖ ਕੇ ਲਿਆ ਹੈ, ਕਿਉਂਕਿ ਅਸੀਂ ਕੋਈ ਵੀ ਰਿਸ਼ਤਾ ਜੋੜਦੇ ਹਾਂ, ਕੋਈ ਵੀ ਅਸੀਂ ਉਮੀਦਵਾਰ ਲਿਆਉਂਦੇ ਹਾਂ, ਅਸੀਂ ਇਹ ਦੇਖਦੇ ਹਾਂ ਕਿ ਇਹਨਾਂ ਪਿਛੋਕੜ ਕੀ ਹੈ। ਮੇਰੇ ਦਾਦਾ ਜੀ 27 ਸਾਲ ਸਵਰਗਵਾਸੀ ਜੈਦਾਰ ਗੁਰਦੀਪ ਸਿੰਘ ਜੀ ਉਹ ਮੈਂਬਰ SGPC ਰਹੇ, ਅੱਜ ਵੀ ਜਾ ਕੇ ਸ਼੍ਰੋਮਣੀ ਕਮੇਟੀ 'ਚੋਂ ਰਿਕਾਰਡ ਕਢਾ ਲਓ। ਅੱਜ ਅਕਾਲੀ ਦਲ ਵਾਲੇ ਜਿਹੜੇ ਪ੍ਰਧਾਨ ਬਣੇ ਆ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਅੱਜ ਉਹਨਾਂ ਦੇ ਖਾਤੇ 'ਚ ਕਿਰਾਇਆ ਬੋਲਦਾ, ਅੱਜ ਉਹਨਾਂ ਦੇ ਖਾਤਿਆਂ ਦੇ ਵਿੱਚ ਗੱਡੀਆਂ ਦਾ ਤੇਲ ਬੋਲਦਾ। ਅੱਜ ਵੀ ਮੈਂ ਇਸ ਗੱਲ ਦੀ ਗਾਰੰਟੀ ਦੇਣਾ, ਜੇ ਜਹੇਦਾਰ ਗੁਰਦੀਪ ਸਿੰਘ ਦੇ ਖਾਤੇ 'ਚ 1 ਪੈਸਾ ਜਾਂ 10 ਪੈਸੇ ਵੀ ਬੋਲ ਜਾਣ, ਮੈਂ ਤਾਂ ਵੀ ਇਲੈਕਸ਼ਨ ਛੱਡਾਂਗਾ। ਔਰ ਦੂਜੀ ਗੱਲ ਜਿਹੜੀ ਇਹ ਆ ਕਿ ਮੇਰੇ ਪਿਤਾ ਜੀ ਨੇ, ਮੈਂ ਗੱਲ ਕਹਿੰਦਾ ਕਿ ਜਦੋਂ ਸਰਬੱਤ ਖਾਲਸਾ ਬੁਲਾਇਆ ਗਿਆ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਕਾਲੀ ਦਲ ਵੱਲੋਂ ਬੇਅਦਬੀ ਕਰਾਈ ਗਈ, ਉਦੋਂ ਸਰਬੱਤ ਖਾਲਸੇ 'ਤੇ 2 ਲੀਡਰ ਬੁਲਾਏ ਗਏ ਸੀਗੇ ਕਾਂਗਰਸ ਪਾਰਟੀ ਦੇ, ਔਰ ਉਹਨਾਂ ਨੂੰ ਕਿਉਂ ਬੁਲਾਇਆ ਗਿਆ ਸੀ, ਕਿਉਂਕਿ ਇਹ ਪੰਥਕ ਚਿਹਰੇ ਸੀ, ਉਹਨਾਂ ਵਿੱਚ ਰਮਨਜੀਤ ਸਿੰਘ ਸਿੱਕੀ ਸੀ, ਉਹਨਾਂ ਵਿੱਚ ਮੇਰੇ ਪਿਤਾ ਜੀ ਸੀ ਸਵਰਗਵਾਸੀ ਜੈਦਾਰ ਇੰਦਰਜੀਤ ਸਿੰਘ ਜੀ ਦਾ। ਔਰ ਮੈਂ ਗੱਲ ਕਹਿੰਦਾ ਕਿ ਅੱਜ ਤੱਕ, ਅੱਜ ਕਿਸਾਨਾਂ ਦੀ ਗੱਲ ਕੀਤੀ ਹੈ, ਅੱਜ ਤੱਕ ਕਿਸੇ ਨੇ ਮੁੱਖ ਮੰਤਰੀ ਦੀ ਗੱਡੀ ਰੋਕੀ ਹੈ? ਉਹ ਵੀ ਮੇਰੇ ਪਿਤਾ ਜੀ ਨੇ ਰੋਕੀ, 'ਚ 4 ਮਹੀਨੇ ਜੇਲ੍ਹ 'ਚ ਜਾਣਾ ਪਿਆ। ਸਾਡਾ ਪਰਿਵਾਰ ਜਿਹੜਾ ਉਹ ਹਮੇਸ਼ਾ ਲੜਾਈ ਲੜਦਾ ਰਹਿੰਦਾ। ਔਰ ਜਿਹੜੀ ਗੱਲ ਤੁਸੀਂ ਕਰਦੇ ਹੋ ਹਮੇਸ਼ਾ ਲਾਲਜੀਤ ਸਿੰਘ ਭੁੱਲਰ ਦੀ, ਮੈਂ ਤਾਂ ਅੱਗੇ ਕਹਿੰਦਾ ਕਿ ਉਹਦੀ ਮਾਂ ਨੇ ਤੇ ਉਹਦੇ ਪਿਤਾ ਜੀ ਨੇ ਬੜਾ ਸੋਚ ਸਮਝ ਕੇ ਨਾਂ ਰੱਖਿਆ ਸੀਗਾ ਲਾਲਜੀਤ ਸਿੰਘ ਭੁੱਲਰ। ਲਾਲ, ਉਹ ਜਿਵੇਂ ਕਹਿੰਦੇ ਲਾਲ, ਪਰ ਲਾਲ ਤਾਂ ਨਿਕਲਿਆ ਨਹੀਂ, ਉਹ ਨਲਾਇਕ ਬੱਚਾ ਇੱਕ ਜਿਹੜਾ ਨਿਕਲਿਆ। ਅੱਜ ਉਹ ਅੱਗੇ ਉਹਨੇ ਪਿੱਛੇ ਤੇ ਅੱਗੇ ਕਹਿੰਦਾ ਮੈਂ ਲੌੜੀਆ ਜਾਟਾਂ, ਮੈਂ ਕਿਹਾ ਤਾਂ ਤੂੰ ਲੌੜੀਆ ਹੈ ਹੀ ਨਹੀਂ। ਜਿਹੜੇ ਲੌੜੀਏ ਹੁੰਦੇ ਆ ਨਾ, ਉਹ ਧੀਆਂ ਭੈਣਾਂ ਦੀਆਂ ਇੱਜ਼ਤਾਂ ਕਰਦੇ ਆ, ਉਹ ਹਮੇਸ਼ਾ ਜਦੋਂ ਲਾਹੌਰ ਦੀ ਵੰਡ ਹੋਈ ਤਾਂ ਉਦੋਂ ਵੇਖੋ, ਅੱਜ ਕਈ ਇਹੋ ਜਿਹੇ ਪਰਿਵਾਰ ਬੈਠੇ ਨੇ ਜਿਹੜੇ ਕਹਿੰਦੇ ਕਿ ਜੇ ਸਰਦਾਰ ਜੀ ਨਾ ਹੁੰਦੇ ਤੇ ਅੱਜ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ। ਇਸ ਕਰਕੇ ਮੈਂ ਗੱਲ ਕਹਿੰਦਾ ਕਿ ਇਹਦਾ ਇਹ ਮੰਤਰੀ ਆ, ਇਹਦੇ 'ਚ ਹੰਕਾਰ ਆ, ਇਹਦਾ ਹੰਕਾਰ ਬੋਲਦਾ। ਅੱਜ ਪਿੰਡਾਂ 'ਚ ਲੋਕ ਇਹਨੂੰ ਤਾਂ ਨਹੀਂ ਵੜਨ ਦਿੰਦੇ ਕਿਉਂਕਿ ਇਹ ਹੰਕਾਰੀ ਮੰਤਰੀ ਆ, ਇਹਦੀ ਧੌਣ 'ਚੋਂ ਕਿੱਲਾ ਜਿਹੜਾ ਲੋਕ ਕੱਢਣਗੇ।